ਪੁੱਤ ਦੋ ਘੜੀਆਂ ਮੇਰੇ ਵਾਸਤੇ ਵੀ ਕੱਢ ਲਿਆ ਕਰੋ, ਮਾਂ ਵਾਸਤੇ ਬਹਿ ਜਾ ਕਰੋ ਆਉਂਦੇ ਜਾਂਦੇ ਮੇਰੇ ਕੋਲ। ਜੇ ਤੁਸੀਂ ਮੈਨੂੰ ਨਾ ਲਿਆ ਕੇ ਦਿੱਤੇ ਨਾ, ਮੈਂ ਸੱਚੀ ਨਹੀਂ ਬੁਲਾਉਣਾ ਤੁਹਾਨੂੰ ਅੱਜ। ਉਹ ਸੱਚ, ਉਹ ਮਾਂ ਤੇਰੀ ਦਵਾਈ ਤਾਂ ਮੈਂ ਭੁੱਲ ਹੀ ਆਇਆ, ਐਂ ਕਰਦਾ ਮੈਂ ਹੁਣ ਲਿਆਉਣਾ ਜਾ ਕੇ। ਹਏ ਹਏ ਰੱਬਾ, ਤੇਰਾ ਕੀ ਵਿਗਾੜਿਆ ਮੈਂ, ਇੰਨੀ ਤਕਲੀਫ ਵਧਾਈ ਮੈਂ। ਜੇ ਕੰਮ ਕਰ ਕਰੇ ਕੋਈ, ਸਹੀ ਸਲਾਮਤ ਰਹਿਣ ਹੱਡ ਗੋਡੇ ਉਹਦੇ। ਪੁੱਤ ਸਤਨਾਮ ਕਿਵੇਂ ਹੈ? ਮੈਂ ਤਾਂ ਉਹਨਾਂ ਦੇ ਘਰੇ ਜਾ ਜਾਂਦਾ ਗੋਡੇ ਦੁਖਣ ਕਰਕੇ। ਮਾਂ ਕੋਈ ਮੁਸੀਬਤ 'ਚ ਨਹੀਂ ਹੈਗਾ। ਆ ਮੈਂ ਤਾਂ ਕੱਲ੍ਹ ਗੁਆਂਢਣ ਤੋਂ ਸੁਣਿਆ ਸੀ ਪ੍ਰੀਤ ਨੇ ਆਪਣੇ ਭਤੀਜੇ ਨੂੰ 1.5 ਲੱਖ ਦਾ ਬੁਲਟ ਲੈ ਕੇ ਦਿੱਤਾ। ਤੁਸੀਂ ਐਵੇਂ ਉਹਨਾਂ ਦੀਆਂ ਫਿਕਰਾਂ ਕਰੀ ਜਾਂਦੇ, ਸਭ ਕੁਝ ਸੁੱਖ ਸਾਂਦ ਆ ਉਹਨਾਂ ਦੇ। ਐਵੇਂ ਕਰੋ, ਇਹਨਾਂ ਨੂੰ ਵੀ ਲੈ ਜਾਓ ਨਾਲ, ਮੈਂ ਤਾਂ ਇੱਥੇ ਰਹਿ ਜਾਂਦੀ ਹਾਂ। ਉਹ ਮਾਂ ਤੁਹਾਨੂੰ ਹਜੇ ਨਹੀਂ ਲੈ ਕੇ ਜਾਂਦੇ ਹੈਗੇ, ਅਸੀਂ ਪਹਿਲਾਂ ਉੱਥੇ ਜਾ ਕੇ ਸੈਟਿੰਗ ਕਰ ਲਈ ਆਪਣੀ, ਤੁਹਾਨੂੰ ਬਾਅਦ 'ਚ ਲੈ ਕੇ ਜਾਵਾਂਗੇ। ਮੈਂ ਤਾਂ ਇਹ ਸੋਚਦਾ ਸੀਗਾ ਉਹਨਾਂ ਟਾਈਮ ਬੇਬੇ ਨੂੰ ਤੁਸੀਂ ਰੱਖ ਲਵੋਗੇ। ਬਸ ਕਰੋ ਦੀਦੀ, 4 ਰੋਟੀਆਂ ਲਾਉਣੀਆਂ ਔਖੀਆਂ ਪਈਆਂ। ਪੁੱਤੂ ਤੁਸੀਂ ਐਂ ਕਰੋ, ਮੈਨੂੰ ਆਸ਼ਰਮ 'ਚ ਛੱਡਿਓ, ਮੇਰਾ ਸਫ਼ਰ ਤਾਂ ਘੁੰਮਣਾ ਹੀ ਰਹਿ ਗਿਆ। ਬਾਈ ਐ ਕਰ, ਗੱਡੀ ਕੱਢ ਕੇ ਲੈ ਜੀ। ਠੀਕ ਹੈ ਜੀ ਬੇਬੇ, ਹੁਣ ਕੀ ਕਿਹਾ ਡਾਕਟਰ ਨੇ ਬੇਬੇ ਨੂੰ? ਅੰਦਰ ਪਾ, ਅੰਦਰ ਆ ਜਾਓ ਆ ਜਾਓ। ਬਹੁਤ ਕੇ ਪਾ ਦੂ। ਕੀ ਕਹਿੰਦੇ ਜੀ ਡਾਕਟਰ, ਬੇਬੇ ਠੀਕ ਤਾਂ ਹੋ ਜੂਗੀ? ਡਾਕਟਰਾਂ ਨੇ ਜਵਾਬ ਦਿੱਤਾ, ਕਹਿੰਦੇ ਘਰੇ ਸੇਵਾ ਕਰ ਲਓ। ਭਾਬੀ ਮਾਂ ਨੂੰ ਤਾਂ ਨਾ ਅਟੈਕ ਆਇਆ ਗਾ, ਇਹ ਹੁਣ ਨਾ ਤਾਂ ਬੋਲ ਸਕਦੀ ਹੈ ਨਾ ਕੁਝ ਖਾ ਪੀ ਸਕਦੀ ਹੈ, ਬਸ ਐਂ ਲਾ ਲਓ ਇੱਕ ਤਰ੍ਹਾਂ ਦੀ ਕੋਮਾ ਜੀ ਹੈ। ਹੁਣ ਇਹਨਾਂ ਨੂੰ ਕੌਣ ਸਾਂਭੂ? ਹੁਣ ਤਾਂ ਸਭ ਤੋਂ ਵੱਡਾ ਪੰਗਾ ਹੋ ਗਿਆ। ਕੌਣ ਚੱਕੂਗਾ ਕੌਣ ਧਰੂਗਾ ਬੇਬੇ ਨੂੰ, ਦੱਸ ਹੈ ਹੁਣ ਕੀ ਕਰਾਂਗੇ ਜੀ? ਭਾਬੀ ਕਿਹੀਆਂ ਗੱਲਾਂ ਕਰਦੇ ਹੋ, ਸਾਡੀ ਮਾਂ ਹੈਗੀ ਕੋਈ ਦੁਸ਼ਮਣ ਥੋੜ੍ਹੀ ਹੈਗੀ। ਬਾਂਟੀ ਉਹ ਗੱਲ ਨਹੀਂ ਹੈਗੀ, ਮੈਂ ਤਾਂ ਐਂ ਕਹਿੰਦੀ ਹਾਂ ਵੀ ਪਹਿਲਾਂ ਬੇਬੇ ਠੀਕ ਤਾਂ ਹੈਗੀ ਤੀ, ਆਪਦਾ ਆਪਦਾ ਸਾਂਭਦੀ ਤੀ, ਹੁਣ ਦੱਸ ਇਹਨੂੰ ਕਿਵੇਂ ਚੱਕਿਆ ਕਰਾਂਗੇ, ਕਿਵੇਂ ਧਰਿਆ ਕਰਾਂਗੇ, ਬਹੁਤ ਔਖਾ ਹੋ ਜੂਗਾ ਜੀ। ਭਾਬੀ ਫਿਰ ਕੀ ਹੋ ਗਿਆ ਜੇ ਬਿਮਾਰ ਹੈ? ਜੇ ਬਿਮਾਰ ਹੋ ਗਿਆ ਐਂ ਥੋੜ੍ਹੀ ਬਾਹਰ ਹੀ ਡੇਗੀ, ਸਾਂਭਣੀ ਤਾਂ ਪਊਗੀ ਉਹ। ਭੇਗਣ ਵਾਸਤੇ ਥੋੜ੍ਹੀ ਕਹਿੰਦੀ ਆ ਮੈਂ, ਇੱਕ ਬੰਦਾ ਤਾਂ ਹੁਣ ਬੇਬੇ ਦੇ ਕੋਲ ਹੀ ਚਾਹੀਦਾ ਹੋਊਗਾ, ਐਂ ਥੋੜ੍ਹੀ ਬੇਬੇ ਇਕੱਲੀ ਛੱਡੀ ਜਾਊਗੀ ਹੁਣ। ਉਹ ਫਿਰ ਹੁਣ ਕਰੀਏ ਵੀ ਕੀ, ਜਿਹੜਾ ਹੁਣ ਕਰਮਾ 'ਚ ਤਾਂ ਭੁਗਤਣਾ ਪਊਗਾ, ਹੁਣ ਸਾਰਾ ਰਲ ਕੇ ਕਰਨਾ ਪਊਗਾ ਹੁਣ, ਇਕੱਲੇ ਕਰੇ ਬੰਦੇ ਦਾ ਕੰਮ ਤਾਂ ਕੋਈ ਹੈ ਨਹੀਂ ਇਹ।
ਕਿਵੇਂ ਆ ਬੰਟੀ? ਹਾਂ ਸਤਿ ਸ਼੍ਰੀ ਅਕਾਲ, ਬਿਲਕੁਲ ਠੀਕ ਹੋਗੇ? ਹਾਂ ਸਤਿ ਸ਼੍ਰੀ ਅਕਾਲ, ਮੈਂ ਸੁਣਿਆ ਤਾਈ ਬਾਲੀ ਬਿਮਾਰ ਆ, ਠੀਕ ਆ ਹੁਣ? ਬਸ ਠੀਕ ਹੀ ਆ ਜੀ, ਉਹੀ ਕੁਛ ਹੈਗਾ ਪ੍ਰੇ ਹਜੇ ਤਾਂ। ਕਿਸੇ ਵਧੀਆ ਡਾਕਟਰ ਨੂੰ ਦਿਖਾ ਲੈਣੀ ਸੀ। ਬਹੁਤ ਡਾਕਟਰਾਂ ਨਾਲ ਦਿਖਾ ਲਿਆ ਪ੍ਰੇ ਜੀ, ਹਰ ਇੱਕ ਕਹਿ ਦਿੰਦਾ ਹੈਗਾ ਵੀ ਘਰੀ ਸੇਵਾ ਕਰ ਲਓ। ਅੱਛਾ, ਜੇ ਤੂੰ ਗੁੱਸਾ ਨਾ ਮੰਨੇ ਤੈਨੂੰ ਇੱਕ ਗੱਲ ਕਹਾਂ। ਕੀ ਪ੍ਰੇ ਜੀ? ਮੈਂ ਕਹਿੰਦੀ ਹਾਂ ਆਪਣੇ ਪਿੰਡ ਤੋਂ ਬਾਹਰ ਜਿਹੜਾ ਬਾਬਾ ਰਹਿੰਦਾ, ਤੁਸੀਂ ਕਿਹਾ ਉਹਦੇ ਕੋਲੇ ਦਿਖਾ ਕੇ ਦੇਖ ਲਓ, ਕਿਸੇ ਵਹਿਮ ਭਰਮ 'ਚ ਨਹੀਂ ਪਾਉਂਦਾ ਹੈਗਾ ਉਹ। ਮੰਨਣੀ ਕਰਨੀ ਤੇਰੀ ਮਰਜ਼ੀ ਆ। ਉਹ ਨਾ ਨਾ ਪ੍ਰੇ, ਮੈਂ ਤਾਂ ਕਾਹਦਾ ਗੁੱਸਾ ਕਰਨਾਗਾ, ਹੁਣ ਘਰ ਦਾ ਬੰਦਾ ਮਾੜੀ ਥੋੜੀ ਸਲਾਹ ਦੇਊਗਾ। ਹਾਂ ਇਹ ਤਾਂ ਹੈ, ਮੈਨੂੰ ਵੀ ਆਇਆ ਚੱਲ ਤਾਈ ਸਹੀ ਹੋ ਜੇ, ਆਪਦੇ ਘਰੇ ਬੈਠੀ ਵਧੀਆ ਲੱਗਦੀ ਆ। ਨਾਲੇ ਕੱਲ ਨੂੰ ਆਉਂਗੀ ਮੈਂ ਪਤਾ ਲੈਣ, ਅੱਜ ਤਾਂ ਮੈਂ ਮਹਿੰਦਰੋਂ ਤਾਈ ਕੇ ਜਾ ਕੇ ਆਉਣੀ ਆ। ਹੋਰ ਕੰਮ ਕਾਰ ਵਧੀਆ ਚੱਲਦਾ ਬੰਟੀ? ਸਭ ਵਧੀਆ ਚੱਲਦਾ, ਤੁਸੀਂ ਦੱਸੋ ਬਾਈ ਕਿਵੇਂ ਆ? ਵਧੀਆ ਬਾਈ, ਤਾਂ ਪਿੰਡੋਂ ਬਾਹਰ ਨਹਿਰ ਤੇ ਕੰਮ ਚੱਲ ਰਿਹਾ ਉਹਦਾ ਵੀ। ਕਾਹਦਾ ਕੰਮ? ਉਹ ਬਾੜਾ ਨਾਲ ਲੱਗਿਆ ਹੋਇਆ ਲੱਕੜਾਂ ਲੁੱਕੜਾਂ ਤੇ ਬਣ ਜਾਂਦੇ ਨੇ 4 ਪੈਸੇ, ਬਣੀ ਜਾਂਦੇ ਆ ਬਸ, ਘਰ ਦੀ ਆਈ ਚਲਾਈ ਜੀ ਚੱਲੀ ਜਾਂਦੀ ਆ। ਚੰਗਾ ਬੰਟੀ, ਜਾਂਦੀ ਆ ਮੈਂ, ਧੁੱਪ ਚੜੀ ਜਾਂਦੀ ਆ। ਚਲੋ ਠੀਕ ਹੈ ਜੀ, ਮੈਂ ਵੀ ਜਾਂਦਾ। ਦੇਖ ਬਾਈ, ਹੁਣ ਤਾਂ ਗਮਾਂਡੀਆਂ ਨੂੰ ਵੀ ਪਤਾ ਲੱਗ ਗਿਆ ਵੀ ਉਹਨਾਂ ਦੀ ਕੁੜੀ ਬਿਮਾਰ ਹੈਗੀ। ਉਹ ਕੱਲ ਮੰਦਰ ਲੱਭ ਰਹੀ ਭਰਜਾਈ ਮਿਲੀ ਸੀਗੀ, ਉਹ ਕਹਿੰਦੀ ਕਿਤੇ ਵਧੀਆ ਡਾਕਟਰ ਨੂੰ ਦਿਖਾ ਦਿਓ, ਅਤੇ ਉਹਨੇ ਮੈਨੂੰ ਇੱਕ ਹੋਰ ਸਲਾਹ ਦਿੱਤੀ ਸੀ। ਉਹ ਕਹਿੰਦੇ ਇੱਕ ਆਪਣੇ ਪਿੰਡ 'ਚ ਕੋਈ ਬਾਬਾ ਆਇਆ ਹੋਇਆ ਵੀ ਉੱਥੇ ਦਿਖਾ ਦਿਓ। ਉਹ ਬਾਈ, ਬੁੜੀਆਂ ਤਾਂ ਊਈਂ ਪਕਾਈ ਮਰੀਆਂ ਨਹੀਂ ਹੁੰਦੀਆਂ ਯਾਰ, ਉਹਨਾਂ ਮਾਂ ਕਰਨ ਲੱਗਿਆ ਕਰ, ਇਹਨਾਂ ਨੂੰ ਵੀ ਪਤਾ ਹੁੰਦਾ ਗਾ ਬਾਬਿਆਂ ਕੋਲ ਕੀ ਹੈਗਾ। ਮੈਨੂੰ ਐਂ ਦੱਸ ਫਿਰ ਕੀ ਹਰਜ ਹੁੰਦਾ ਗਾ, ਰੱਬ ਨੇ ਸੱਚੀ ਰਾਏ ਦਿੱਤੀ ਹੋਣੀ ਕੋਈ, ਬਾਬੇ ਨੂੰ ਦਿਖਾ ਦੇਣ ਇੱਕ ਵਾਰੀ ਕੀ ਤਾਂ ਕੋਈ ਮਸਲਾ ਹੱਲੇ ਹੋ ਜੇ, ਬੇਬੇ ਠੀਕ ਹੋ ਜੇ। ਉਹ ਠੀਕ ਕਿੱਥੋਂ, ਤੂੰ ਪਹਿਲਾਂ ਆਪ ਹਿਸਾਬ ਲਾ, ਡਾਕਟਰਾਂ ਨੇ ਜਵਾਬ ਦਿੱਤਾ, ਬਾਬਾ ਕਿੱਥੋਂ ਠੀਕ ਕਰ ਦੂਗਾ। ਕਈ ਵਾਰੀ ਡਾਕਟਰਾਂ ਦੇ ਵੱਸ ਦਾ ਨਹੀਂ ਰੋਗ ਹੁੰਦਾ, ਕੋਈ ਮੂੰਹ ਰੋਗ ਉਹਨਾਂ ਨੇ ਵੀ ਹੋ ਸਕਦੀ ਹੈ, ਜ਼ਰੂਰੀ ਥੋੜ੍ਹੀ ਵੈਸੇ ਨੂੰ ਕੋਈ ਬਿਮਾਰੀ ਹੈ। ਓਏ ਬਿਮਾਰੀ ਹੁਣ ਆਪ ਨੂੰ ਦੀਂਦੇ ਹੀ ਆ, ਆਇਆ ਤੈਨੂੰ ਅਟੈਕ ਆ, ਬਾਬਾ ਕੀ ਕਰੂ ਪਹਿਲਾਂ ਦੀ। ਬਾਬਿਆਂ ਦਾ ਵੀ ਸਾਰਾ ਇਲਾਜ ਹੁੰਦਾ ਹੈ, ਨਾਲੇ ਕੋਈ ਕਰਨੀ ਵਾਲੀ ਬਾਬਾ ਹੋਣਾ ਜਿਹੜਾ ਨੇ ਨੌ ਲਿਆ ਉਹਦਾ। ਹੋਰ ਬਈ, ਭਰਜਾਈ ਸਹੀ ਕਹਿੰਦੀ ਹੈਗੀ, ਹੁਣ ਘਰ ਦਾ ਬੰਦਾ ਮਾੜੀ ਥੋੜ੍ਹੀ ਸਲਾਹ ਦਊਗਾ, ਆਪਾਂ ਨੂੰ ਦੱਸ ਦਿਖਾਉਣ 'ਚ ਵੀ ਹਰ ਜਾਏਗਾ। ਹਾਂਜੀ ਦੀਦੀ, ਵੈਸੇ ਸਹੀ ਕਹਿ ਰਹੇ ਨੇ, ਆਪਾਂ ਨੂੰ ਇੱਕ ਵਾਰ ਦਿਖਾ ਲੈਣਾ ਚਾਹੀਦਾ, ਜਿੱਥੇ ਇੰਨੇ ਪੈਸੇ ਲੱਗ ਗਏ ਉਹ ਲੱਗ ਜਾਣਗੇ। ਉਹ ਬਾਈ ਯਾਰ, ਤੁਸੀਂ ਸਾਰਾ ਟੱਬਰ ਇੱਕ ਪਾਸੇ ਹੋ ਗਿਆ ਯਾਰ, ਤੁਸੀਂ ਆਪ ਤਾਂ ਦੇਖ ਲਓ ਮਾੜਾ ਮੋਟਾ, ਪਹਿਲਾਂ ਬਾਬਾ ਕੀ ਕਰ ਸਕਦਾ। ਉਹ ਹੁਣ ਬਾਈ ਮੈਂ ਘਰੇ ਖੋਬਲੀ ਪਾ ਕੇ ਮਾਰਨੀ ਹੈਗੀ। ਚਲ ਜਿਵੇਂ ਤੁਹਾਡੀ ਮਰਜ਼ੀ, ਬਾਕੀ ਚੱਲਦੇ ਕੱਲ ਨੂੰ ਦੇਖ ਲੈ ਇੱਕ ਵਾਰੀ ਜਾ ਕੇ, ਤੁਹਾਡਾ ਵੀ ਵਹਿਮ ਮਿਟਾ ਦੇਗੇ। ਇੱਕ ਵਾਰੀ ਜਾ ਆਉਨੇ ਆ, ਕੀ ਪਤਾ ਉੱਥੇ ਜਾ ਕੇ ਬੇਬੇ ਸੂਤੀ ਹੋ ਜੇ, ਜਾਣ ਨਾਲ ਤਾਂ ਕੁਝ ਘਟਦਾ ਹੈਗਾ। ਉਹ ਚੱਲ ਚੰਗਾ, ਫਿਰ ਸਵੇਰੇ ਬਾਕੀ ਚਲਾਂਗੇ ਹੁਣ। ਹੋਰ ਹੁਣ ਡਾਕਟਰਾਂ ਦੇ ਵੀ ਫਿਰੀ ਜਾਂਦੇ ਆ, ਕਦੇ ਪਿੰਡ 'ਚ ਲੈ ਜਾਂਦੇ ਆ ਡਾਕਟਰ ਕੋਲ, ਕਦੇ ਚੱਕ ਕੇ ਸ਼ਹਿਰ ਨੂੰ ਲੈ ਜਾਂਦੇ ਆ, ਠੀਕ ਫੇਰ ਨਹੀਂ ਹੁੰਦੀ ਹੈਗੀ, ਨਾਲੇ ਪੈਸੇ ਲਾਏ ਉਹਨੇ ਉਦੋਂ ਜ਼ਿਆਦਾ ਵਾਧਾ ਵੱਧ ਰਿਹਾ ਹੈਗਾ। ਨਾਲੇ ਬਾਈ ਇਹ ਘਰੇ ਮਰ ਗਈ, ਲੋਕ ਕੀ ਕਹਿਣਗੇ, ਪਿੰਡ 'ਚ ਸਾਰੇ 'ਚ ਗੱਲ ਉੱਡ ਰਹੀ ਆ ਵੀ ਬੁੜੀ ਘਰੇ ਪਾ ਰੱਖੀ ਉਹਨਾਂ ਨੇ, ਇਲਾਜ ਤੁਹਾਨੂੰ ਕਰਾਉਣਾ ਹੀ ਪਊਗਾ।
ਕਿਵੇਂ ਆਉਣੇ ਹੋਏ ਭਗਤੋ, ਥੋੜਾ ਨੇੜੇ ਆ ਜਾਓ। ਬਾਬਾ ਜੀ ਸਾਡੇ ਮਾਤਾ ਜੀ ਨੇਗੇ, ਇਹਨੂੰ ਅਟੈਕ ਆ ਗਿਆ ਸੀਗਾ, ਬਹੁਤ ਡਾਕਟਰਾਂ ਨੇ ਵੀ ਦਿਖਾ ਲਿਆ ਪਰ ਕਿਤੇ ਕੋਈ ਹੱਲ ਨਹੀਂ ਹੋਇਆ ਹੈਗਾ। ਹਾਂਜੀ ਬਾਬਾ ਜੀ, ਅਸੀਂ ਤਾਂ ਸਾਰੇ ਹਸਪਤਾਲ ਗਾਤੇ, ਬੇਬੇ ਨੂੰ ਕੋਈ ਫਰਕ ਨਹੀਂ ਪਿਆ, ਨਾ ਤਾਂ ਬੇਬੇ ਜੀ ਕੁਛ ਖਾਂਦੇ ਨੇ ਅਤੇ ਨਾ ਹੀ ਕੁਛ ਪੀਂਦੇ ਨੇਗੇ, ਨਾ ਹੀ ਕੁਛ ਬੋਲਦੇ ਨੇਗੇ। ਬਾਬਾ ਜੀ ਤੁਸੀਂ ਕਿਰਪਾ ਕਰੋ, ਸਾਡੀ ਬੇਬੇ ਨਾ ਛੇਤੀ ਤੋਂ ਛੇਤੀ ਠੀਕ ਹੋ ਜੇ। ਭਗਤੋ ਘਬਰਾਉਣ ਦੀ ਗੱਲ ਨਹੀਂ, ਪਰਮਾਤਮਾ 'ਤੇ ਭਰੋਸਾ ਰੱਖੋ, ਇਹ ਤਾਂ ਛੋਟਾ ਜਿਹਾ ਮਸਲਾ ਹੈ। ਐਂ ਕਰ ਭਗਤਾ, ਇੱਕ ਜਲ ਦੀ ਬੋਤਲ ਭਰ ਕੇ ਲੈ ਕੇ ਆ। ਠੀਕ ਹੈ ਬਾਬਾ ਜੀ, ਮੈਂ ਲੈ ਆਉਣਾਗਾ। ਹੈਲੋ ਬਾਬਾ ਜੀ। ਹਾਂ ਲੈ ਭਗਤ, ਐਂ ਕਰਿਓ, ਇਹ ਥੋੜ੍ਹਾ ਜਲ ਮਾਤਾ ਜੀ ਨੂੰ ਰੋਜ਼ ਪਿਲਾਉਣਾ ਗਾ, ਅਤੇ ਇੱਕ ਹੋਰ ਕੰਮ ਕਰਨਾ ਤੁਸੀਂ ਨੇ, ਇੱਕ ਰੋਜ਼ ਖੀਰ ਬਣਾਉਣੀ ਆ, ਖੀਰ ਦੇ ਵਿੱਚ ਥੋੜ੍ਹਾ ਜਲ ਰੋਜ਼ ਪਾਉਣਾ ਗਾ। ਠੀਕ ਹੈ। ਸਾਰੇ ਪਰਿਵਾਰ ਨੇ ਮਾਤਾ ਜੀ ਨੂੰ ਥੋੜ੍ਹੀ ਥੋੜ੍ਹੀ ਖੀਰ ਖਵਾਉਣੀ ਆ, ਬੜੇ ਪਿਆਰ ਸਤਿਕਾਰ ਨਾਲ, ਔਰ ਮਾਤਾ ਜੀ ਨੂੰ ਹੌਸਲਾ ਵੀ ਦੇਣਾ ਗਾ। ਕੁਝ ਦਿਨਾਂ ਦੇ ਵਿੱਚ ਮਾਤਾ ਠੀਕ ਹੋ ਜੂਗੀ, ਅਗਲੇ ਐਤਵਾਰ ਫਿਰ ਤੁਸੀਂ ਲੈ ਕੇ ਆਇਓ ਮਾਤਾ ਜੀ ਨੂੰ। ਠੀਕ ਹੈ, ਹੁਣ ਤੁਸੀਂ ਜਾ ਸਕਦੇ ਹੋ। ਠੀਕ ਹੈ ਬਾਬਾ ਜੀ। ਇੱਕ ਹਫ਼ਤੇ ਬਾਅਦ ਫਿਰ ਆ ਜਾਓ ਤੁਸੀਂ, ਸਾਰਾ ਪਰਿਵਾਰ ਹੀ ਆਇਓ, ਹੁਣ ਜਾ ਸਕਦੇ ਤੁਸੀਂ। ਬੇਬੇ ਤੂੰ ਫਿਕਰ ਨਾ ਕਰਿਆ ਕਰ, ਤੂੰ ਸਿਹਤ ਠੀਕ ਹੋ ਜਾਏਗੀ, ਹੁਣ ਤੈਨੂੰ ਜਲਦੀ ਮੰਜੇ ਤੋਂ ਉਠਾ ਲੈਣਾ ਸੀ। ਐਂ ਕਰ ਰੁਕੜ, ਉਹ ਬਾਬੇ ਦਾ ਜਲ ਪਾ ਲਈ ਖੀਰ ਚ। ਠੀਕ ਹੋ ਜਾਏਗੀ ਬੇਬੇ, ਐ ਨਾ ਕਰ। ਨਾ ਦੇਖੀ ਬੇਬੇ, ਭਲਾ ਜੇ ਤੂੰ ਖਾਏਗੀ ਨੀ ਫਿਰ ਤੇਰੀ ਸਿਹਤ ਕਿਵੇਂ ਠੀਕ ਹੋਊਗੀ, ਕਿਵੇਂ ਤੂੰ ਤੁਰੇ ਫਿਰੇਗੀ, ਜਮੀ ਕਮਜ਼ੋਰੀ ਹੋ ਜਾਏਗੀ। ਖਾਇਆ ਕਰਦੇ ਨੇ, ਖਾਣਾ ਪੀਣਾ ਨੀ ਬੇਬੇ, ਛੱਡਿਆ ਕਰਦੇ। ਉਹ ਖਾ ਲੈ ਬੇਬੇ। ਖਾ ਲੈ, ਹੋਈ ਕਿਉਂ ਜਾਨੀ ਆ, ਖਾ ਲੈ। ਤੂੰ ਠੀਕ ਹੋਏਗੀ ਬੇਬੇ, ਬਹੁਤ ਛੇਤੀ ਠੀਕ ਹੋਏਗੀ ਤੂੰ, ਛੇਤੀ ਹੋ ਜਾਏਗੀ। ਬਾਬੇ ਨੇ ਕਿਹਾ ਨੀ ਸੀਗਾ,
ਲੈ ਜਾ ਬੇਬੇ। ਕਿਵੇਂ ਬੇਬੇ, ਠੀਕ ਹੈ ਹੁਣ? ਹੁਣ ਤਾਂ ਫਰਕ ਹੀ ਪਹਿਲਾਂ ਨਾ। ਅੱਛਾ, ਹਾਂ ਠੀਕ ਹੈ ਬੇਬੇ। ਤੋਰ ਤੋਰ ਦਿਆ ਕਰ ਮੜਿਆ। ਹਾਂ ਮੈਂ ਤਾਂ ਨਾ ਹੋਰ ਤੇਲ ਲਿਆ ਤਾਂ ਦੀ ਮਾਸ ਵਾਲਾ। ਮੈਂ ਕਿਹਾ ਧੁੱਪੇ ਬਿਠਾ ਕੇ ਗੋਡਿਆਂ ਤੇ ਮਾਸ ਕਰ ਦੂੰ, ਨਾਲ ਗੋਡੇ ਜੇ ਵੀ ਦੁਖਦੇ ਨੇ। ਬੇਬੇ ਕਹਿੰਦੀ ਵੀ ਤੁਰਨ 'ਚ ਦਿੱਕਤ ਆਉਂਦੀ ਹੈ ਹਲੇ। ਅੱਛਾ, ਹਾਂ ਉਹ ਹੱਡੀਆਂ ਡਾਕਟਰ ਤੋਂ ਮੰਗਾਇਆ ਸੀ ਮੈਂ ਤੇਲ। ਉਹ ਕਹਿੰਦਾ ਵੀ ਬੇਬੇ ਸਹੀ ਤੁਰਨ ਲੱਗ ਜੂਗੀ, ਇੱਥੇ ਜੇ ਦਰਦ ਹੁੰਦਾ। ਕਹਿੰਦੀ ਆਹ ਚੀਜ਼ਾਂ 'ਚ ਬਾਂਟੀ ਆਏ ਨੇ ਡਿਊਟੀ ਤੋਂ? ਪਤਾ ਨਹੀਂ ਜੀ, ਮੈਨੂੰ ਤਾਂ ਆ ਗਿਆ ਕਿ ਨਹੀਂ ਆ। ਰੂਬਲ ਕਿੱਧਰ ਗਈ? ਇੱਥੇ ਹੋਣੀ ਰਸੋਈ 'ਚ ਤੈਨੂੰ ਲੱਗਦਾ ਉਹ। ਅੱਛਾ, ਹਾਂ ਦੇਖੀ ਉਹ ਐਂ ਲੱਗਦਾ ਜਿਵੇਂ ਹੱਥਾਂ ਨੂੰ ਵੀ ਸੋਜਾ ਜਾ ਰਿਹਾ ਹੁੰਦਾ ਪਹਿਲਾਂ ਨਾ। ਸੰਨੀ ਰਲਾਈ ਦੀ ਮੈਸਨ? ਹਾਂ ਯਰ ਲਾਈ ਦੀ ਸੰਨੀ ਤਾਂ ਮੈਂ ਕੱਪ ਪਾਇਆ ਇਹਦੇ ਵਿੱਚ ਦੀ। ਉਹਦਾ ਪਹਿਲਾਂ ਨਾ ਬਹੁਤ ਫਰਕ ਆ ਗਿਆ ਬੇਬੇ ਦਾ। ਹੋ ਜੂਗੀ ਠੀਕ। ਪਹਿਲਾਂ ਤਾਂ ਬੈਂਦੀ ਨਹੀਂ ਦੀ ਆਪਦੇ ਆਪ, ਹੁਣ ਬੈਠ ਜਾਂਦੀ ਆ ਨਾ। ਐਂ ਜੀ ਟਾਈਮ ਤਾਂ ਲੱਗੂਗਾ ਆਪਣਾ, ਹੋ ਜੂਗੀ ਠੀਕ। ਚਲੋ ਬਾਬੇ ਨੇ ਵਧੀਆ ਫਰਕ ਪਾਇਆ ਤਾਂ ਨਾ। ਹਾਂ ਬਸ ਉਹਨੂੰ ਕਿਹਾ ਨਹੀਂ ਤੀ ਮਾਂ ਬਾਬਾ ਕਰਨੀ ਵਾਲਾ। ਆਪਾਂ ਤੂੰ ਹੀ ਫਿਰ ਕੇ ਡਾਕਟਰਾਂ ਦੇ ਚੱਕੀ ਹੋਰ ਕੀ ਲੱਗਿਆ ਉੱਥੇ ਵਿਚਾਰੇ ਨੇ 10 ਰੁਪਏ ਵੀ ਨਹੀਂ ਲਈ ਹੈਗੇ। ਫਿਰ ਗਰਮੀ ਤਾਂ ਨਹੀਂ ਬੇਬੇ ਏਸੀ ਲਾਉਣਾ? ਪੱਖੇ ਨਾਲ ਗਰਮੀ ਨੀ ਆਉਂਦੀ ਕਰਕੇ ਥੈਂਕ ਯੂ।
ਦੇਖ ਲੈ ਬਾਈ, ਮੈਂ ਤੈਨੂੰ ਕਿਹਾ ਸੀ ਨਾ ਵੀ ਬੇਬੇ ਜਮਾਂ ਠੀਕ ਹੋ ਜੂਗੀ, ਰੱਬ ਦੀ ਕਿਰਪਾ ਨਾਲ ਦੇਖ ਲੈ ਬੇਬੇ ਜਮਾਂ ਠੀਕ ਹੋਊਗੀ। ਉਹ ਗੱਲ ਤਾਂ ਤੇਰੀ ਸਹੀ ਆ ਬਾਈ, ਬਾਬੇ ਨੇ ਤਾਂ ਕਮਾਲ ਹੀ ਕਰਤੀ। ਤੇ ਹੋਰ ਕੀ ਨਾ ਜੀ, ਸਾਰੇ ਡਾਕਟਰਾਂ ਨੇ ਜਵਾਬ ਦਿੱਤਾ ਸੀ, ਕਹਿੰਦੇ ਸੀ ਬੇਬੇ ਦੀ ਹੁਣ ਸੂਤ ਹੁੰਦੀ ਹੈਗੀ, ਬਥੇਰਾ ਜ਼ੋਰ ਲਾ ਲੈਤੀ ਦਵਾਈਆਂ ਦਵਾ ਦਵਾ ਕੇ, ਨਾਲੇ ਸਿਆਣੇ ਨੇ ਸੱਚ ਕਿਹਾ ਵੀ ਪਰਮਾਤਮਾ ਦੇ ਘਰੇ ਦੇਰ ਹੈ ਪਰ ਅੰਧੇਰ ਨਹੀਂ ਹੈਗੀ। ਬਾਬੇ ਨੇ ਦੇਖ ਲਿਆ ਇੱਕ ਥੋੜ੍ਹੇ 'ਚ ਬੇਬੇ ਢੱਲੀ ਵਰਗੀ ਕਰਤੀ। ਓਹੋ, ਆਪਾਂ ਨੂੰ ਤਾਂ ਬਾਬੇ ਨੇ ਕਿਹਾ ਸੀ ਵੀ ਇਹਨਾਂ ਨੂੰ ਅਗਲੇ ਹਫ਼ਤੇ ਲੈ ਕੇ ਜਾਣਾ, ਆਪਾਂ ਤਾਂ ਅੱਜ ਵੀ ਉਰੇ ਬੈਠੇ ਹਾਂ। ਉਹ ਹਾਂ ਸੱਚ ਬਾਈ, ਮੈਨੂੰ ਤਾਂ ਯਾਦ ਹੀ ਨਹੀਂ ਰਿਹਾ ਕੰਮ ਦਾ ਨਾ ਜੀ, ਆਪਾਂ ਨੇ ਜਾਣਾ ਸੀਗਾ। ਉਹ ਚੱਲ ਐਂ ਕਰ ਬਾਈ, ਇੱਕ ਨਾ ਬਾਜ਼ਾਰੋਂ ਡੱਬਾ ਲੈ ਕੇ ਆ, ਆਪਣੇ ਬਾਬੇ ਦਾ ਧੰਨਵਾਦ ਵੀ ਕਰਨਾ ਨਾ। ਹਾਂ ਡੱਬਾ ਤਾਂ ਬਈ ਮੈਂ ਲਿਆਉਣਾ, ਹੁਣ ਹੀ ਲਿਆਉਣਾਗਾ। ਹੋਰ ਬੰਟੀ, ਹੁਣ ਕਿੱਥੇ ਲੈ ਕੇ ਆਉਂਗਾ ਡੱਬਾ? ਆਪਾਂ ਜਦੋਂ ਜਾਵਾਂਗੇ ਬਾਜ਼ਾਰ ਵਿੱਚ ਦੀ ਜਾਵਾਂਗੇ, ਜਾਂਦੇ ਜਾਂਦੇ ਡੱਬਾ ਲੈ ਜਾਵਾਂਗੇ, ਕਿਉਂ ਤੇਲ ਫੂਕਦਾ ਜਾਵਾਂਗਾ ਖਾਮ ਖਾਂਦਾ। ਚੱਲ ਇਹ ਵੀ ਗੱਲ ਸਹੀ ਆ। ਹੋਰ ਹੁਣ ਚੱਲ ਐਂ ਕਰੋ, ਨਾਲੇ ਤਾਂ ਬੇਬੇ ਨਵਾ ਦਿਓ, ਕੱਪੜੇ ਕੱਪੜੇ ਬਾਲ ਦਿਓ, ਫਿਰ ਚੱਲਦੇ ਆ ਆਪਾਂ। ਠੀਕ ਹੈ ਜੀ, ਠੀਕ ਹੈ। ਤੁਸੀਂ ਨਾ ਰੋਟੀ ਰਾਟੀ ਬਣਾ ਲਓ। ਕੋਈ ਨਾ, ਚੱਲ ਠੀਕ ਹੈ, ਮੈਂ ਖੇਤ ਜਾ ਆਵਾਂ। ਕੀ ਖਾਣਾ ਪੁੱਛ ਲਓ ਨਾ। ਪੁੱਛ ਲਓ ਬੇਟੇ, ਖੇਤ ਕਿਹੜਾ ਮਾਰਾਂਗੇ? ਖਿਚੜੀ ਖਾਈਂ ਕਿ ਚੌਲ ਖਾਈਂ? ਬਾਬਾ ਜੀ ਤੁਹਾਡੀ ਕਿਰਪਾ ਨਾਲ ਮਾਤਾ ਜੀ ਬਿਲਕੁਲ ਠੀਕ ਹੋ ਗਏ, ਨਾਲੇ ਜਿਹੜੀ ਤੁਸੀਂ ਨੇ ਖੀਰ ਦੱਸਿਆ ਸੀ ਨਾ ਮਾਤਾ ਜੀ ਨੇ ਬੜੇ ਪਿਆਰ ਸਤਿਕਾਰ ਨਾਲ ਖਾਧੀ ਹੈਗੀ। ਹਾਂਜੀ ਬਾਬਾ ਜੀ, ਜਿਹੜੇ ਢੰਗ ਨਾਲ ਤੁਸੀਂ ਨੇ ਬੇਬੇ ਦੀ ਸੇਵਾ ਕਰਨ ਨੂੰ ਕਿਹਾ ਸੀ, ਸੇਵਾ ਵੀ ਅਸੀਂ ਉਸੇ ਢੰਗ ਨਾਲ ਕਰੀਏ, ਹੁਣ ਬੇਬੇ ਨੂੰ ਪਹਿਲਾਂ ਨਾਲ ਵੀ ਬਹੁਤ ਫਰਕ ਹੈਗਾ। ਇਹ ਦੱਸੋ ਬੱਚਾ, ਮਾਤਾ ਨੂੰ ਖੀਰ ਆਪਣੇ ਹੱਥੀਂ ਖਵਾਈ ਸੀ? ਹਾਂਜੀ ਬਾਬਾ ਜੀ, ਅਸੀਂ ਖੀਰ ਸਾਰੇ ਟੱਬਰ ਨੇ ਵਾਰੋ ਵਾਰੀ ਖਵਾਈ ਮਾਤਾ ਨੂੰ, ਜਿਵੇਂ ਤੁਸੀਂ ਕਿਹਾ ਸੀਗਾ। ਬੇਟਾ ਅੱਗੇ ਹੋ ਕੇ ਬੈਠ ਮੇਰੇ ਕੋਲ। ਬੇਟਾ ਸੱਚ ਤਾਂ ਇਹ ਹੈ, ਜਿਹੜਾ ਪਿਛਲੇ ਹਫ਼ਤੇ ਤੁਹਾਨੂੰ ਮੈਂ ਜਲ ਬਣਾ ਕੇ ਦਿੱਤਾ ਸੀ ਨਾ, ਉਹਦੇ ਵਿੱਚ ਮੈਂ ਕੋਈ ਤੰਤਰ ਮੰਤਰ ਨਹੀਂ ਪੜ੍ਹਿਆ ਅਤੇ ਨਾ ਹੀ ਕੋਈ ਮੇਰੀ ਕਿਰਪਾ ਹੋਈ ਹੈ। ਬਾਬਾ ਜੀ ਅਸੀਂ ਸਮਝੇ ਨਹੀਂ, ਤੁਸੀਂ ਕਹਿਣਾ ਕੀ ਚਾਹੁੰਦੇ ਸਾਨੂੰ ਸਾਫ਼ ਸਾਫ਼ ਦੱਸੋ। ਉਹ ਭਾਈ ਮੈਂ ਉਹਦੀ ਸਮਝ ਗਿਆ ਸੀ, ਤੁਹਾਡੀ ਮਾਤਾ ਨੂੰ ਕੋਈ ਤੰਤਰ ਮੰਤਰ ਦੀ ਕਿਸੇ ਡਾਕਟਰ ਦੀ ਲੋੜ ਨਹੀਂ ਸੀ, ਸਗੋਂ ਤੁਹਾਡੀ ਜ਼ਰੂਰਤ ਸੀ। ਮਾਂ ਪੁੱਤ ਜਾਂ ਨੂੰਹ ਦੀ ਦਵਾਈ ਨਾਲ ਨਹੀਂ ਠੀਕ ਹੁੰਦੀ, ਔਲਾਦ ਦੇ ਮੁਹੱਬਤ ਭਰੇ ਸ਼ਬਦ ਹੀ ਠੀਕ ਕਰ ਦਿੰਦੇ ਨੇ। ਹਾਂ ਬਾਬਾ ਜੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਓਏ ਪੁੱਤਰੋ, ਜੇ ਪਹਿਲੀ ਤੁਸੀਂ ਆਪਣੀ ਮਾਂ ਨੂੰ ਆਪਣੇ ਹੱਥੀਂ ਦਵਾ ਦਾਰੂ ਦਿੰਦੇ, ਆਪਣੇ ਹੱਥੀਂ ਰੋਟੀ ਦਿੰਦੇ, ਆਪਣੇ ਹੱਥੀਂ ਸੇਵਾ ਕਰਦੇ, ਤੁਹਾਡੀ ਮਾਂ ਕਦੇ ਨਾ ਬਿਮਾਰ ਹੁੰਦੀ। ਬੇਟਾ ਮੈਂ ਤੁਹਾਨੂੰ ਇੱਕ ਗੱਲ ਪੁੱਛਾਂ? ਹਾਂ ਬਾਬਾ ਜੀ ਪੁੱਛੋ। ਤੁਹਾਡੇ ਦੋਨੇ ਭਰਾਵਾਂ 'ਤੇ ਮਾਂ ਬੋਝ ਬਣ ਗਈ ਆ, ਜਿਸ ਦੇ ਛਾਏ ਹੇਠ ਤੁਸੀਂ ਪ੍ਰਵਾਨ ਚੜ੍ਹੇ ਹੋ।
ਬਾਬਾ ਜੀ ਅਸੀਂ ਭੜਕ ਗਏ ਸੀ, ਅਸੀਂ ਆਪਦੀ ਮਾਂ ਦਾ ਦਰਦ ਮਹਿਸੂਸ ਨਹੀਂ ਕਰ ਸਕੇ, ਸਾਨੂੰ ਮਾਫ਼ ਕਰ ਦਿਓ ਬਾਬਾ ਜੀ। ਓਏ ਪੁੱਤਰੋ, ਮਾਫ਼ੀ ਮੇਰੇ ਤੋਂ ਨਹੀਂ, ਮਾਫ਼ੀ ਆਪਣੀ ਮਾਂ ਤੋਂ ਮੰਗੋ, ਜਿਹਦਾ ਤੁਸੀਂ ਨੇ ਦਿਲ ਦਿਖਾਇਆ, ਜਿਹਨੂੰ ਤੁਸੀਂ ਦੁਖੀ ਕੀਤਾ। ਤੁਹਾਡੀ ਮਾਂ ਨੂੰ ਦਵਾਈਆਂ ਦੀ ਲੋੜ ਨਹੀਂ, ਤੁਹਾਡੀ ਜ਼ਰੂਰਤ ਹੈ, ਤੁਹਾਡੀ ਸੇਵਾ ਦੀ ਜ਼ਰੂਰਤ ਹੈ, ਤੁਹਾਡੇ ਪਿਆਰ ਦੀ ਜ਼ਰੂਰਤ ਹੈ। ਕੀ ਹਾਲ ਚਾਲ ਨੇ ਤੁਹਾਡੇ, ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ। ਬਾਕੀ ਜਿਨ੍ਹਾਂ ਨੇ ਇਸ ਵੀਡੀਓ ਦਾ ਪਿਛਲਾ ਭਾਗ ਨਹੀਂ ਦੇਖਿਆ ਉਹ ਜ਼ਰੂਰ ਦੇਖ ਲਓ, ਬਹੁਤ ਘੈਂਟ ਵੀਡੀਓ ਗੀ। ਬਾਕੀ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂਰ ਕਰਿਆ ਕਰੋ। ਹੁਣ ਬੋਲਾਂਗੇ ਆਪਾਂ ਪਹਿਲੇ 15 ਕਮੈਂਟ ਜਿਹੜੇ ਤੁਸੀਂ ਪਿਛਲੀ ਵੀਡੀਓ 'ਚ ਕੀਤੇ ਸੀਗੇ। ਹਾਂਜੀ, ਜੋਤੀ ਰੋਇਲ, ਕੁਲਵਿੰਦਰ ਕੌਰ, ਗੁਰਤੇਜ ਸਿੰਘ, ਮਨਮੋਹਨ ਸਿੱਧੂ, ਹੈਰੀ ਮਾਨ, ਕੌਰ ਸੁੱਖੀ ਢਿੱਲੋਂ, ਅਰਸ਼ਦੀਪ ਸਿੰਘ, ਮਨੀਸ਼ਾ, ਮਨੂ ਸੰਧੂ, ਸਵਰਨ ਸਿੰਘ ਚਹਿਲ ਸੁਨਾਮ, ਵਰਿੰਦਰ ਸੰਧੂ, ਦੀਪ ਕੌਰ, ਅਮਨਦੀਪ, ਸਿੱਧੂ ਜੱਟ, ਰਾਜਵਿੰਦਰ ਖਹਿਰਾ, ਇਹਨੇ ਪਹਿਲੇ 15 ਮਿੰਟ, ਤੁਸੀਂ ਵੀ ਇਸ ਵੀਡੀਓ 'ਚ ਪਹਿਲੇ 15 ਕਮੈਂਟ ਕਰੋ ਤਾਂ ਕਿ ਆਪਾਂ ਅਗਲੀ ਵੀਡੀਓ 'ਚ ਤੁਹਾਡੇ ਕਮੈਂਟ ਬੋਲੀਏ। ਬਾਕੀ ਜਿਹੜੇ ਚੈਨਲ 'ਤੇ ਨਵੇਂ ਨੇ ਉਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਤੁਹਾਡੇ ਕੋਲ ਹਰ ਨਵੀਂ ਵੀਡੀਓ ਦੇ ਅਪਡੇਟ ਜਲਦੀ ਪਹੁੰਚਿਆ ਕਰੇ। ਮਿਲਦੇ ਹਾਂ ਅਗਲੀ ਵੀਡੀਓ ਨਾਲ, ਧੰਨਵਾਦ।